ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਕੀ ਹਾਲ ਸਾਰਿਆਂ ਦਾ ਜੀ ਉਮੀਦ ਠੀਕ ਹੀ ਹੋਣੇ ਨੇ ਤੇ ਚਲੋ ਆਪਾਂ ਵੀ ਹੌਲੀ ਹੌਲੀ ਰਿਕਵਰੀ ਹੁੰਦੀ ਪਈ ਆ ਫਿਲਹਾਲ ਹਾਲੇ ਮੈਡੀਕਲੀ ਚੱਲਦੀ ਪਈ ਆ ਤੇ ਇਸ ਲਈ ਨਾ ਮੈਂ ਘਰ ਹੀ ਰਹਿਣਾ ਵਾਂ ਤੇ ਇਸ ਲਈ YouTube ਤੇ ਥੋੜੀਆਂ-ਬਹੁਤੀਆਂ ਵੀਡੀਓ ਚੈੱਕ ਕਰੀਦੀਆਂ ਜਿਵੇਂ ਅੱਜ ਕੱਲ੍ਹ ਨਾ ਜਿਵੇਂ ਤੁਸੀਂ ਟਾਈਟਲ ਦੇਖ ਹੀ ਲਿਆ ਹੋਣਾ ਵੀ ਸੇਲ ਲੱਗੀ ਹੋਈ ਅੱਜ ਕੱਲ੍ਹ YouTube ਤੇ ਸੇਲ ਲੱਗੀ ਹੋਈ ਆ ਜੀ ਪੁਰਤਗਾਲ ਦੀ ਸੇਲ ਲੱਗੀ ਆ ਪੋਲੈਂਡ ਹੋ ਗਿਆ ਮਾਲਟਾ ਹੋ ਗਿਆ ਇਟਲੀ ਹੋ ਗਿਆ ਲਾਤਵੀਆ ਹੋ ਗਿਆ ਯੂਕਰੇਨ ਹੋ ਗਿਆ ਵੀ ਜਿਹੜੀ ਵੀ ਤੁਸੀਂ ਵੀਡੀਓ ਚੈੱਕ ਕਰੋਗੇ ਨਾ ਵਰਕ ਪਰਮਿਟ ਬਾਰੇ ਤੇ ਉਹ ਇੱਕ ਸੇਲ ਲੱਗੀ ਹੋਈ ਆ ਜੀ ਇਹਨਾਂ ਮੁਲਕਾਂ ਦੇ ਵਿੱਚ ਬਸ ਜਿਵੇਂ ਮੈਂ ਤੁਸੀਂ ਇੱਕ ਏਜੰਟ ਕੋਲ ਜਾਓ ਤੇ ਉਹ ਕਹਿੰਦਾ ਵੀ ਮੈਂ ਇੰਨੇ ਪੈਸੇ ਲੈਣੇ ਹਾਂ ਤੇ ਇੰਨੇ ਚਰਚਾ ਮੈਂ ਤੇਰਾ ਵੀਜ਼ਾ ਲਵਾ ਦੇਵਾਂਗਾ ਤੇ ਅਗਲੇ ਏਜੰਟ ਕੋਲ ਜਾਂਦੇ ਜੇ ਤੇ ਉਹ ਕਹਿੰਦਾ ਭਾਈ ਪੈਸੇ ਤਾਂ ਮੈਂ ਘੱਟ ਨਹੀਂ ਕਰਨੇ ਪਰ ਤੇਰੀ ਪੀਆਰ ਮੈਂ ਜਾਂਦਾ ਹੀ ਕਰਾ ਦੇਵਾਂਗਾ ਤੇ ਫਿਰ ਤੁਸੀਂ ਅਗਲੀ ਦੁਕਾਨ ਤੇ ਜਾਂਦੇ ਜੇ ਤੇ ਉਹ ਕਹਿੰਦਾ ਵੀ ਚੱਕਰੀ ਕੋਈ ਨਹੀਂ ਆ ਚੱਕ ਪੀਆਰ ਤੇ ਚੜ ਜਾ ਜਦੇ ਕੋਈ ਚੱਕਰ ਨਹੀਂ ਹਲੋ ਕਿ ਸੇਲ ਲੱਗੀ ਹੋਈ ਐ ਇਸ ਤਰੀਕੇ ਨਾਲ ਉਹ ਬੜਾ ਹਾਸਾ ਵੀ ਆਉਂਦਾ ਵਾ ਜਿਵੇਂ ਪਿੱਛੇ ਜੇ ਮੈਂ ਇੱਕ ਵੀਡੀਓ ਹੁੰਦਾ ਪਿਆ ਸੀ ਕਿ ਪੋਲੈਂਡ ਦੇ ਵਿੱਚ 40000 ਬੰਦਾ ਚਾਹੀਦਾ ਹੁਣ ਰੱਬ ਜਾਣਦਾ ਵੀ 40000 ਬੰਦੇ ਨੇ ਕੰਮ ਕਿੱਥੇ ਕਰਨਾ ਹਵਾਜ ਕਰਨਾ ਵਾ ਵੀ ਇੰਨਾ ਵਰਕ ਪਰਮਿਟ ਤਾਂ ਇਸ਼ੂ ਨਹੀਂ ਹੁੰਦਾ ਹੈਗਾ ਜਿੰਨਾ ਵੀ ਇਹ ਬਣਾ ਦਿੰਦੇ ਇੱਕ ਏਜੰਟਾਂ ਨੇ ਬਸ ਇੱਕ ਚਾਲਾਂ ਬਣਾਈਆਂ ਹੁੰਦੀਆਂ ਆਪਦੀਆਂ ਪੈਸੇ ਠੱਗਣ ਦੀਆਂ ਹੋਰ ਕੁਝ ਨਹੀਂ ਹੁੰਦਾ ਜਿਵੇਂ ਇਹਨਾਂ ਕਹਿੰਦੇ ਨੇ ਜੀ ਪੋਲੈਂਡ ਦੇ ਵਿੱਚ 40000 ਬੰਦਾ ਚਾਹੀਦਾ ਪੁਰਤਗਾਲ ਦੇ ਵਿੱਚ 2 ਲੱਖ ਬੰਦਾ ਚਾਹੀਦਾ ਉਹ ਉੱਥੇ ਤਾਂ ਅੱਗੇ ਹੀ ਕੁਰਬਲ ਕੁਰਬਲ ਹੋਣ ਦੀ ਅੱਗੇ ਵਿਚਾਰੇ ਜਿਹੜੇ ਉੱਥੇ ਰਹਿੰਦੇ ਪਏ ਉਹ ਪਤਾ ਨਹੀਂ ਆਪਦਾ ਕਿਵੇਂ ਗੁਜ਼ਾਰਾ ਕਰਦੇ ਨੇ ਤੇ ਕਿਵੇਂ ਬੈਠੇ ਹੋਏ ਨੇ ਤੇ 2 ਲੱਖ ਬੰਦਾ ਤੁਸੀਂ ਲਿਜਾ ਕੇ ਉੱਥੇ ਕੀ ਕਰਨਾ ਵਾ ਮਾਲਟਾ ਦੇ ਵਿੱਚ ਜੀ ਬਸ ਡਰਾਈਵਰਾਂ ਦੀ ਲੋੜ ਆ ਬੜੀ ਲੋੜ ਬਸ ਡਰਾਈਵਰਾਂ ਦੀ ਤੇ ਇਟਲੀ ਦੇ ਵਿੱਚ 100 ਤੇ 50 ਡਰਾਈਵਰਾਂ ਦੀ ਲੋੜ ਆ ਤੇ ਜਿਵੇਂ ਨਾ ਵੀ ਇੰਨੀ ਲੋੜ ਆ ਵੀ 에어ਪੋਰਟ ਦੇ ਬਾਹਰ ਹੀ ਉਹਨਾਂ ਟਰੱਕ ਲੋਡ ਕਰਕੇ ਖੜਾ ਕੀਤਾ ਹੋਇਆ ਤੇ ਤੁਸੀਂ 에어ਪੋਰਟ ਤੋਂ ਉਤਰਨਾ ਤੇ ਟਰੱਕ ਤੇ ਤੁਹਾਨੂੰ ਬਾਹਰ ਨਾਲ ਤੇ ਜਾਓ ਵੀ ਚਲੇ ਜਾਓ ਤੇ ਟਰੱਕ ਦਾ ਕੰਮ ਕਰੋ ਵੀ ਇਸ ਤਰੀਕੇ ਨਾਲ ਨਾ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਇਸ ਤਰੀਕੇ ਨਾਲ ਲੋਕਾਂ ਤੋਂ ਨਾ ਲੁੱਟਿਆ ਜਾ ਰਿਹਾ ਇੱਕ ਤੇ ਉਹ ਵੇਖ ਕੇ ਹਾਸਾ ਵੀ ਆਉਂਦਾ ਵਾ ਤੇ ਅਫਸੋਸ ਵੀ ਹੁੰਦਾ ਵਾ ਏਜੰਟ ਕੀ ਕਰਦੇ ਨੇ ਅ ਅਖਬਾਰ 'ਚ ਕਢਾ ਦਿੰਦੇ ਨੇ ਜੀ ਵੀ ਫਲਾਣੀ ਕੰਪਨੀ ਆ ਪੋਲੈਂਡ ਦੀ ਤੇ ਉਹਦੇ ਵਿੱਚ ਪੋਲੈਂਡ ਦੀ ਜਾਂ ਇਟਲੀ ਦੀ ਆ ਉਹਦੇ 'ਚ ਅ ਇੰਨੇ ਡਰਾਈਵਰਾਂ ਦੀ ਲੋੜ ਐ 100 200 ਡਰਾਈਵਰਾਂ ਦੀ ਲੋੜ ਐ ਪਰ ਹੁਣ ਇੰਨੀ ਵਰਕ ਪਰਮਿਟ ਇੱਕ ਕੰਪਨੀ ਨੂੰ ਕੋਈ ਵੀ ਸਰਕਾਰ ਇਸ਼ੂ ਨਹੀਂ ਕਰਦੀ ਹੁੰਦੀ ਆ ਆਪਣੇ ਲੋਕ ਸਮਝਦੇ ਨਹੀਂ ਆਪਣੇ ਲੋਕਾਂ ਨੂੰ ਹੁੰਦਾ ਵੀ ਬਸ ਪੈਸੇ ਦਿਓ ਤੇ ਘਰ ਇੰਡੀਆ 'ਚੋਂ ਨਿਕਲ ਜੋ ਜਾ ਦੁਬਈ ਤੋਂ ਭੱਜ ਕੇ ਯੂਰਪ ਚ ਆਜੋ ਯੂਰਪ ਚ ਆ ਕੇ ਫਸਣ ਵਾਲੀ ਗੱਲ ਹੀ ਆ ਤੇ ਇੰਨੇ ਉਹੀ ਆਪਾਂ ਗੱਲ ਕਰਦੇ ਸੀ ਵੀ ਇੰਨੇ ਵਰਕ ਪਰਮਿਟ ਇਸ਼ੂ ਨਹੀਂ ਕਰਦੀ ਹੁੰਦੀ ਉਹ 5 10 ਵਰਕ ਪਰਮਿਟ ਕੰਪਨੀ ਨੂੰ ਜਿਹਾ ਹੁੰਦੇ ਉਹ ਵੀ ਕਹਿੰਦੇ ਭਾਈ ਪਹਿਲਾਂ ਤੁਸੀਂ ਡਰਾਈਵਰ ਪੋਲੈਂਡ ਦੇ ਵਿੱਚ ਲੱਭੋ ਤੇ ਪੋਲੈਂਡ ਦੀਆਂ ਨੀਬਰ ਕੰਟਰੀਆਂ ਜਿਹੜੀਆਂ ਦੀਆਂ ਨੇੜੇ-ਨੇੜੇ ਦੀਆਂ ਕੰਟਰੀਆਂ ਉਹਨਾਂ ਚ ਲੱਭੋ ਤੇ ਨਹੀਂ ਹੁੰਦਾ ਤਾਂ ਫਿਰ ਤੁਹਾਨੂੰ ਅਸੀਂ ਵਰਕ ਪਰਮਿਟ ਇਸ਼ੂ ਕਰਦੇ ਹਾਂ ਤੁਸੀਂ ਬਾਹਰੋਂ ਬੰਦਾ ਮਂਗਾ ਸਕਦੇ ਜੇ ਤੇ ਉਹਨੀਆਂ ਵੀ ਕੁਝ ਸ਼ਰਤਾਂ ਹੁੰਦੀਆਂ ਨੇ ਵੀ ਸ਼ਰਤਾਂ ਦੇ ਅਧੀਨ ਹੀ ਉਹਨਾਂ ਨੂੰ ਵਰਕ ਪਰਮਿਟ ਇਸ਼ੂ ਹੁੰਦਾ ਵਾ ਪਰ ਆਪਣੇ ਏਜੰਟ ਕੀ ਅਖਬਾਰ ਚ ਕਢਾ ਦਿੰਦੇ ਨੇ ਜੀ ਆ ਵੀ 150 ਡਰਾਈਵਰਾਂ ਦੀ ਲੋੜ ਆ 200 ਆਪਣਾ ਫੈਕਟਰੀ ਚ ਕੰਮ ਕਰਨ ਵਾਲੇ ਬੰਦਿਆਂ ਦੀ ਲੋੜ ਆ ਦਰਜ਼ੀਆਂ ਦੀ ਲੋੜ ਆ ਦਰਜੀ ਕੀ ਕਰਨੇ ਮੈਨੂੰ ਸਮਝ ਨਹੀਂ ਆ ਦਰਜ਼ੀਆਂ ਦੀ ਲੋੜ ਆ ਚਲੋ ਆਪਣੇ ਬੰਦੇ ਵਿਚਾਰੇ ਹੁੰਦੇ ਨੇ ਉਹਨਾਂ ਨੂੰ ਹੁੰਦਾ ਵੀ ਮੈਂ ਬਾਹਰ ਜਾਣਾ ਵਾ ਤੇ ਉਹ ਕੀ ਕਰਦੇ ਨੇ ਵੀ ਏਜੰਟ ਕਹਿੰਦੇ ਵੀ ਇਸ ਤਰ੍ਹਾਂ ਕਰੋ 10-10 ਹਜ਼ਾਰ ਜਮਾ ਕਰਾ ਦਿਓ ਤੇ ਨਾਲ ਤੁਸੀਂ ਮੈਡੀਕਲ ਕਰਾ ਲਓ ਫਲਾਣੇ ਫਲਾਣੇ ਡਾਕਟਰ ਤੋਂ ਮੈਡੀਕਲ ਕਰਾ ਲਓ ਉਹਦੇ ਵਿੱਚ ਵੀ ਉਹਨਾਂ ਦੇ ਕਮਿਸ਼ਨ ਹੁੰਦੀਆਂ ਤੇ ਸਾਨੂੰ ਪਾਸਪੋਰਟ ਆ ਦਾ ਜਮਾ ਕਰਾ ਦਿਓ ਪਾਸਪੋਰਟ ਵਾਜਾ ਜਮਾ ਕਰਾ ਦਿੰਦੇ ਮੈਡੀਕਲ ਵੀ ਕਰਾ ਲੈਂਦੇ ਨੇ ਫੀਸਾਂ ਫੁਸਾਂ ਭਰ ਦਿੰਦੇ ਦੋ ਕੁ ਮਹੀਨੇ ਬਾਅਦ ਕਹਿੰਦੇ ਨਹੀਂ ਜੀ ਵੀਜਾ ਤਾਂ ਤੁਹਾਡੇ ਨਹੀਂ ਲੱਗੇ ਉਹ ਫਲਾਣੇ ਫਲਾਣੇ ਬੰਦਿਆਂ ਦੇ ਵੀਜਾ ਲੱਗੇ ਨੇ ਤੇ ਹੁਣ ਜੇ ਮੰਨ ਲਓ 10 ਬੰਦੇ ਵੀ ਠੱਗ ਲਾਣੋ ਮਹੀਨੇ ਵਿੱਚ ਤੇ ਰੁਪਈਆ ਉਹਨਾਂ ਦਾ ਲੱਖ ਬਣ ਗਿਆ ਠੀਕ ਆ ਨਾ ਤੇ ਆਪਣੇ ਲੋਕੀ ਫਿਰ ਕੇ ਜਿਹੜੇ ਹੁੰਦੇ ਚਾਲ ਕੋਈ ਨਹੀਂ ਯਾਰ 10000 ਰੁਪਏ ਜਾਂ ਕਿਸੇ ਹੋਰ ਜਗ੍ਹਾ ਤੋਂ ਟਰਾਈ ਕਰ ਲੈਣੇ ਆ ਤੇ ਜਿਹੜੀ ਬਹੁਤ ਗਲਤ ਗੱਲ ਆ ਏਜੰਟ ਕੀ ਕਰਦੇ 2-4000 ਦੀ ਇੱਕ ਐਡ ਕਢਾ ਦਿੰਦੇ ਅਖਬਾਰ ਦੇ ਵਿੱਚ ਤੇ ਕਿੱਡਾ ਵਧੀਆ ਬਿਜ਼ਨਸ ਚੱਲਿਆ 2-4000 ਰੁਪਿਆ ਲਾਓ ਤੇ ਲੱਖਾਂ ਰੁਪਿਆ ਕਮਾ ਲਓ ਤੇ ਆਪਣੇ ਲੋਕਾਂ ਜਿਵੇਂ ਹੋੜ ਚੱਲੀ ਹੈ ਨਾ ਬਾਹਰ ਜਾਣਾ ਵਾ ਤੇ ਉਸ ਤਰੀਕੇ ਨਾਲ ਠੱਗੇ ਵੀ ਜਾਂਦੇ ਨੇ ਤੇ ਜਿਵੇਂ ਆਪਾਂ ਨਾ ਇੱਕ ਮੈਂ ਵੀ ਮੈਂ ਤੁਹਾਨੂੰ ਦੱਸਦਾ ਮੈਂ ਵੀ ਇੱਕ ਫੋਨ ਕੀਤਾ ਤੇ ਮੈਂ ਅਖਬਾਰ 'ਚ ਦੇਖਿਆ ਇੰਟਰਨੈਟ ਤੇ ਤੇ ਉਹਨਾਂ ਨੇ ਲਾਈ ਸੀ ਜੀ ਪੋਲੈਂਡ ਦੇ ਵਿੱਚ ਡਰਾਈਵਰਾਂ ਦੀ ਲੋੜ ਆ ਚਲੋ ਮੈਂ ਫੋਨ ਕੀਤਾ ਉਹਨਾਂ ਨੂੰ ਕੋਈ ਮੈਡਮ ਬੋਲੇ ਅਗੋਂ ਅੰਬਾਲਾ ਇੱਕ ਚੰਡੀ ਚੰਡੀਗੜ੍ਹ ਲਾ ਕੇ ਦੇ ਸੀ ਤੇ ਮੈਂ ਉਹਨਾਂ ਨੂੰ ਕਿਹਾ ਜੀ ਮੈਂ ਪੋਲਨ ਤੋਂ ਹੀ ਬੋਲਦਾ ਹਾਂ ਤੇ ਮੇਰਾ ਇੱਕ ਰਿਸ਼ਤੇਦਾਰ ਹੈਗਾ ਵਾ ਤੇ ਉਹਦੇ ਕੋਲ ਹੈਵੀ ਡਿਊਟੀ ਲਾਇਸੈਂਸ ਹੈਗਾ ਵਾ ਤੇ ਤੁਸੀਂ ਤੁਹਾਡੀ ਐਡ ਦੇਖੀ ਸੀ ਉਸ ਬਾਬਤ ਵਿੱਚ ਤੁਹਾਨੂੰ ਫੋਨ ਕੀਤਾ ਵਾ ਤੇ ਕਹਿੰਦੀ ਹਾਂ ਜੀ ਠੀਕ ਹੈ ਕੋਈ ਨਹੀਂ ਤੁਸੀਂ ਉਹਨਾਂ ਨੂੰ ਕਹੋ ਵੀ ਪਾਸਪੋਰਟ ਦੇ ਦਿਓ ਤੇ ਮੈਡੀਕਲ ਅਸੀਂ ਤੁਹਾਡਾ ਕਰਵਾ ਦਿਆਂਗੇ ਤੇ ਉਸ ਤੋਂ ਬਾਅਦ ਤੁਹਾਡੀ ਫੋਨ ਤੇ ਇੰਟਰਵਿਊ ਹੋਏਗੀ ਉਧਰੋਂ ਪੋਲੈਂਡ ਤੋਂ ਕੋਈ ਬੰਦਾ ਫੋਨ ਤੇ ਇੰਗਲਿਸ਼ ਚ ਇੰਟਰਵਿਊ ਲਏਗਾ ਤੁਹਾਡੀ ਤੇ ਜੇ ਤੁਸੀਂ ਸਿਲੈਕਟ ਹੋ ਗਏ ਤੇ ਠੀਕ ਹੈ ਤੇ ਨਹੀਂ ਹੋਏ ਤੇ ਫਿਰ ਜੋ ਸਾਡਾ ਦਿੱਤਾ ਲਿੱਤਾ ਉਹ ਤੁਹਾਡੀ ਫੀਸ ਅਸੀਂ ਵਾਪਸ ਨਹੀਂ ਕਰਨੀ ਹੈ ਜਿਵੇਂ ਮੈਂ ਪੁੱਛਿਆ ਸੀ ਤੇ ਮੈਂ ਪੁੱਛਿਆ ਮੈਂ ਕਿਹਾ ਚਲੋ ਤੁਸੀਂ ਇਸ ਤਰ੍ਹਾਂ ਕਰੋ ਪੋਲੈਂਡ ਦੇ ਵਿੱਚ ਨਾ ਤੁਸੀਂ ਮੈਨੂੰ ਕੰਪਨੀ ਦਾ ਨਾਂ ਹੀ ਦੱਸ ਦਿਓ ਮੈਂ ਪੋਲੈਂਡ ਚ ਰਹਿਣਾ ਵਾਂ ਤੇ ਮੈਂ ਕੰਪਨੀ ਫਾਈਂਡ ਕਰਕੇ ਦੇਖ ਲਾਂਗਾ ਵੀ ਹੈਗੀ ਹੈ ਕਿ ਨਹੀਂ ਨਹੀਂ ਕਹਿੰਦੀ ਵੀ ਕੰਪਨੀ ਦਾ ਨਹੀਂ ਮੈਨੂੰ ਪਤਾ ਬਸ ਡਰਾਈਵਰਾਂ ਦੀ ਲੋੜ ਆ ਤੇ ਮੈਂ ਕਿਹਾ ਚਲੋ ਤੁਸੀਂ ਸ਼ਹਿਰ ਦਾ ਨਾਂ ਦੱਸ ਦਿਓ ਕਿਹੜੇ ਸ਼ਹਿਰ ਚ ਡਰਾਈਵਰਾਂ ਕੰਪਨੀ ਹੈਗੀ ਮੈਂ ਉਹ ਫਾਈਂਡ ਕਰ ਲੈਣਾ ਵਾਂ ਨਹੀਂ 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 ਨੇ ਕਹਿੰਦੀ ਪੋਲੈਂਡ ਦੇ ਵਿੱਚ ਆ ਤੇ ਮੈਂ ਕਹਾ ਮੈਡਮ ਕੋਈ ਪੋਲੈਂਡ ਕੋਈ ਪਿੰਡ ਦਾ ਨਾਮ ਨਹੀਂ ਹੈਗਾ ਇਹ ਇੱਕ ਦੇਸ਼ ਦਾ ਨਾਮ ਹੈ ਤੇ ਕਈ ਸ਼ਹਿਰ ਨੇ ਤੇ ਕਿਤੇ ਨਾ ਕਿਤੇ ਤਾਂ ਕੰਪਨੀ ਹੋਣੀ ਹੈ ਨਹੀਂ ਨਹੀਂ ਉਹ ਤਾਂ ਖੈਨਾ ਆਪਣਾ ਭਾਜੀ ਨੂੰ ਪਤਾ ਵਾ ਤੇ ਫਿਰ ਤੁਸੀਂ ਨਾ ਘੰਟੇ ਬਾਅਦ ਫੋਨ ਕਰਕੇ ਭਾਜੀ ਨੂੰ ਪੁੱਛ ਲਿਆ ਜੇ ਵੀ ਇੱਥੋਂ ਤੱਕ ਦੇ ਹਾਲਾਤ ਨੇ ਆਪਣੇ ਬੰਦੇ ਉਹੀ ਜੇ ਕੋਈ ਉੱਥੋਂ ਤਾਂ ਉਹਨਾਂ ਕੋਲ ਕਾਹੜਾ ਚੱਕਰੀ ਕੋਈ ਨਹੀਂ ਮੈਡਮ ਆ ਲਓ 10 10000 ਰੁਪਿਆ ਤੇ ਮੈਂ ਮੈਡੀਕਲ ਵੀ ਕਰਾ ਲੈਣਾ ਉਹਨਾਂ ਦਾ ਮੈਡੀਕਲ ਜੀ ਕਮਿਸ਼ਨ ਆ ਤੇ 10000 ਰੁਪਿਆ ਵੀ ਗਿਆ 10 ਬੰਦੇ ਵੀ ਫਸ ਗਏ ਤੇ ਲਾ ਕਰਬੀ ਆ ਦਿਹਾੜੀ ਬਣ ਗਈ ਤੇ ਮੈਡੀਕਲ ਵਾਲਿਆਂ ਕੋਲ ਉਹਨਾਂ ਨੇ ਵੱਖਰਾ ਕਮਿਸ਼ਨ ਲੈ ਲੈਣਾ ਕਹਿੰਦੇ ਨਾ ਜੀ ਹਾਂ ਜੀ ਇੱਕ ਫੋਨ ਤੇ ਤੁਹਾਡੀ ਇੰਟਰਵਿਊ ਹੋਏਗੀ ਇੰਗਲਿਸ਼ 'ਚ ਤੁਹਾਡੀ ਇੰਟਰਵਿਊ ਹੋਏਗੀ ਤੇ ਇੱਧਰ ਵੀ ਇੱਕ ਅਕਲਦਾਨਾ ਗੋਰਾ ਫੜ ਕੇ ਉਹਨਾਂ ਭਾਇਆ ਹੁੰਦਾ ਉਹਨੂੰ ਵੀ ਚਾਰਕ ਲੈਣਾ ਇੰਗਲਿਸ਼ ਦੀ ਆਉਂਦੀ ਆ ਉਹਨੂੰ ਕਹਿੰਦੇ ਭਰਾਵਾ ਤੂੰ ਵੀ ਫੋਨ ਕਰਕੇ ਆਪ ਦਾ ਰਾਂਝਾ ਰਾਜੀ ਕਰ ਲਾ ਤੇ ਇੰਗਲਿਸ਼ ਬੋਲਦਾ ਜਿਹੜੀ ਛੱਟ ਬੋਲਣੀ ਤੇ ਆਪਣੇ ਬੰਦੇ ਜਦੋਂ ਇਧਰੋਂ ਫੋਨ ਜਾਂਦਾ ਇੰਗਲਿਸ਼ ਗੱਲ ਕਰਦਾ ਤੇ ਉਹ ਵਾਕਈ ਸਮਝਦੇ ਨੇ ਵੀ ਸ਼ਾਇਦ ਕਿਤੇ ਮੇਰੀ ਇੰਟਰਵਿਊ ਹੋ ਰਹੀ ਕਈ ਇਸ ਤਰ੍ਹਾਂ ਤਰ੍ਹਾਂ ਨਾਲ ਆਪਣੇ ਲੋਕੀ ਤੋ ਆ ਖੁਦ ਹੀ ਆਪਣੇ ਆਪ ਨੂੰ ਕਹਿੰਦੇ ਵੀ ਸਾਨੂੰ ਆ ਕੇ ਲੁੱਟੋ ਜਿਹੜੇ ਆਪਣੇ ਲੋਕੀ ਤੇ ਇਸੇ ਲਈ ਨਾ ਜਦੋਂ ਵੀ ਤੁਸੀਂ ਇਹੋ ਜਿਹੇ ਐਡਾਂ ਵੇਖੋ ਨਾ YouTube ਤੇ ਵੀ ਸੇਲ ਲੱਗੀ ਹੋਈ ਐ ਸੇਲ ਵਿੱਚ 24000 ਰੁਪਿਆ ਯਾਰ ਲੱਖ ਬੰਦਾ ਚਾਹੀਦਾ ਡਰਾਈਵਰ ਚਾਹੀਦੇ ਬੱਸ ਡਰਾਈਵਰ ਚਾਹੀਦੇ ਵਰਕਰ ਚਾਹੀਦੇ ਨੇ ਥੋੜਾ ਜਿਹਾ ਸੋਚਿਆ ਕਰੋ ਤੇ ਵਿਚਾਰਿਆ ਵੀ ਕਰੋ ਆਪਦਾ ਵੀ ਇਹ ਗੱਲ ਸੱਚੀ ਵੀ ਹੈਗੀ ਐ ਕਿ ਝੂਠ ਵੀ ਹੈਗੀ ਐ ਤੇ ਤੁਹਾਡਾ ਕੋਈ ਰਿਸ਼ਤੇਦਾਰ ਇਹਦਾ ਰਹਿੰਦਾ ਤੇ ਉਹਨੂੰ ਫੋਨ ਕਰਕੇ ਪੁੱਛਿਆ ਵੀ ਕਰੋ ਭਈ ਇਹ ਜਿਹੜੇ ਇੰਨਾ ਐਡ ਆਈ ਐ ਕੋਈ ਇਸ ਕੰਮ ਦੀ ਉੱਤੇ ਡਿਮਾਂਡ ਵੀ ਹੈਗੀ ਕਿ ਨਹੀਂ ਹੈਗੀ ਠੀਕ ਹੈ ਨਾ ਤੇ ਆਪ ਦਾ ਪੜਿਆ ਵਿਚਾਰ ਕੇ ਤੇ ਫੇਰ ਵੀ ਤੁਸੀਂ ਭਰਿਆ ਕਰੋ ਕਿਉਂਕਿ ਐਵੇਂ ਤੁਸੀਂ ਆਪ ਦਾ ਵੀ ਟਾਈਮ ਖਰਾਬ ਕਰਦੇ ਤੇ ਆਪ ਦੇ ਘਰਦਿਆਂ ਦੇ ਪੈਸੇ ਵੀ ਖਰਾਬ ਕਰਦੇ ਤੇ ਇੱਥੇ ਆ ਕੇ ਬੰਦਾ ਵੀ ਕੁਝ ਨਹੀਂ ਹੈਗਾ ਫਿਰ ਇਹੋ ਜਿਹੇ ਏਜੰਟਾਂ ਮਗਰ ਲੱਗਦੇ ਜੇ ਤੇ ਮੈਂ ਤਾਂ ਤੁਹਾਨੂੰ ਉਹੀ ਕਹਾਂਗਾ ਏਜੰਟ ਬਿਲਕੁਲ ਲੱਭਣਾ ਮੈਂ ਇੱਕ ਵੀਡੀਓ ਬਣਾਈ ਹੋਈ ਆ ਵੀ ਆਪ ਦੇ ਇਲਾਕੇ ਦਾ ਏਜੰਟ ਲੱਭਿਆ ਕਰੋ ਵੀ ਜਿੰਨੂੰ ਤੁਸੀਂ ਕੱਲ ਨੂੰ ਫੜ ਸਕੋ ਜਾਂ ਆਪ ਦੇ ਰਿਸ਼ਤੇਦਾਰਾਂ ਚੋਂ ਏਜੰਟ ਲੱਭਿਆ ਕਰੋ ਵੀ ਕੱਲ ਨੂੰ ਘਟੋ ਘਟ ਆਪ ਦੇ ਰਿਸ਼ਤੇਦਾਰ ਨੂੰ ਤੁਸੀਂ ਇਹ ਤਾਂ ਕਹਿ ਸੱਡੋ ਵੀ ਫਲਾਣਾ ਤੇਰਾ ਰਿਸ਼ਤੇਦਾਰ ਐਡਾਸ ਲੱਗ ਨਿਕਲਿਆ ਵੀ ਵੇਖ ਲੈ ਪੈ ਤੇ ਇਹੋ ਜੇ ਜਨਪਨ ਚਲੋ ਕਈ ਜਨਟਾਂ ਲੱਥੀ ਚੜੀ ਦੀ ਕੋਈ ਨਹੀਂ ਹੁੰਦੀ ਪਰ ਫਿਰ ਵੀ ਮੈਂ ਤੁਹਾਨੂੰ ਸਲਾਹ ਦੇਣਾ ਵੀ ਜਨਟ ਆਪਦੇ ਇਲਾਕੇ ਦਾ ਤੇ ਆਪਦੇ ਰਿਸ਼ਤੇਦਾਰਾਂ ਚ ਲੱਭਿਆ ਕਰੋ ਵੀ ਜੇ ਤੁਹਾਡਾ ਕੰਮ ਹੁੰਦਾ ਠੀਕ ਹੈ ਨਹੀਂ ਕੰਮ ਹੁੰਦਾ ਤੇ ਕਟੋਕਟ ਤੋਂ ਛਿੱਤਰ ਦਾ ਫੇਰ ਕੋਣਾ ਏਜੰਟ ਦੇ ਜਾ ਕੇ ਛਿੱਤਰ ਨਹੀਂ ਤੇ ਕਟੋਕਟ ਬੇਇਜ਼ਤੀ ਦਾ ਕਰ ਹੀ ਸਕੋਣਾ ਉਸ ਏਜੰਟ ਦੀ ਜਾ ਕੇ ਤੁਸੀਂ ਤੇ ਇਹ ਨਹੀਂ ਕਿ ਤੁਸੀਂ ਆਪਣੀ ਵੀਡੀਓ ਸੀ ਇੰਨੀ ਕਿ ਇਨਫੋਰਮੇਸ਼ਨ ਸੀ ਤੇ ਬਾਕੀ ਤੁਸੀਂ ਵੀਜ਼ਾ ਭਰੋ ਤੇ ਮੈਂ ਦੀਆਂ ਇਹੀ ਹੈ ਵੀ ਆਪਾਂ ਤੇ ਇਹ ਅਰਦਾਸ ਕਰਦੇ ਹਾਂ ਵੀ ਸਾਰੇ ਆਪ ਦੀ ਜ਼ਿੰਦਗੀ ਚ ਕਾਮਯਾਬ ਹੋਣ ਦੇ ਪਰ ਤੁਸੀਂ ਵੇਖ ਕੇ ਤੇ ਆਪ ਦਾ ਪੜ੍ਹ ਕੇ ਤੇ ਆਪ ਦਾ ਵਿਚਾਰ ਕੇ ਵੀਜ਼ਾ ਭਰਿਆ ਕਰੋ ਐਵੇਂ ਏਜੰਟਾਂ ਦੇ ਮਗਰ ਲੱਗ ਕੇ ਆਪ ਦਾ ਪੈਸਾ ਤੇ ਆਪਦੀ ਜ਼ਿੰਦਗੀ ਨਾ ਬਰਬਾਦ ਕਰਿਆ ਕਰੋ ਇੰਨੀ ਇੱਕ ਵੀਡੀਓ ਸੀ ਭਾਈ ਇੰਨੀ ਕੋ ਸਾਰੀ ਇਨਫੋਰਮੇਸ਼ਨ ਸੀ ਤੇ ਫਿਰ ਅਗਲੀ ਵੀਡੀਓ ਚ ਆਪਾਂ ਇੱਕ ਨਵੀਂ ਇਨਫੋਰਮੇਸ਼ਨ ਨਾਲ ਮਿਲਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ